ਇਹ ਜਿਹੜਾ ਇੰਡੀਅਨ ਮਸ਼ੀਨ ਮੂੰਜੀ ਦੀ ਜਿਹੜੀ ਹੈਗੀ ਆ ਪ੍ਰਣਾਲੀ ਜੀ, ਇਹਨੂੰ ਇਕੱਠੇ ਕਰਕੇ ਅਤੇ ਗੱਠਾ ਬਣਾਉਂਦੀ ਹੈ। ਗੱਠਾ ਬਣਾ ਕੇ ਉਸ ਤੋਂ ਬਾਅਦ ਫਿਰ ਮਿੱਲਾਂ 'ਚ ਜਾਂਦੇ ਆ, ਬਾਲਣ ਦੇ ਤੌਰ 'ਤੇ ਇਸਤੇਮਾਲ ਹੁੰਦੀ ਹੈ ਜੀ ਇੰਡੀਆ ਦੀ ਮਸ਼ੀਨ। ਚੈੱਕ ਕਰੋ ਜੀ, ਇੱਕ ਗੰਢ ਜਦੋਂ ਪੂਰੀ ਹੋ ਜਾਂਦੀ ਆ ਉਸ ਤੋਂ ਬਾਅਦ ਬਹੁਤ ਹੀ ਕੱਟਦੀ ਆ, ਉਹਨੂੰ ਕੱਟ ਕੇ ਅਤੇ ਪਿੱਛੇ ਛੱਡ ਦਿੰਦੇ ਆ। ਦੇਖੋ ਡਬਲ ਡਬਲ ਸੀ ਬੜੀ ਟਾਈਟ ਹੋ ਕੇ ਬੰਨ ਹੋਈ ਹੈ ਪ੍ਰੈਸ ਕਰਕੇ ਜੀ। ਇੰਡੀਆ ਦੀ ਮਸ਼ੀਨ ਆ ਜੀ, ਪਰਾਲੀ ਵਗੈਰਾ ਇਕੱਠੀ ਕਰਕੇ ਉਹਦੀਆਂ ਗੱਠਾ ਬੰਨਦੀ ਹੈ, ਗੱਠਾ ਬੰਨ ਕੇ ਇਕੱਠਾ ਜਾਂਦੀ ਆ ਫੈਕਟਰੀ। ਫੈਕਟਰੀ ਵਾਲੇ ਇਹਨੂੰ ਇੰਧਨ ਦੇ ਤੌਰ 'ਤੇ ਇਸਤੇਮਾਲ ਕਰਦੇ, ਉਹ ਟਰਾਲੀ ਲੋਡ ਹੋ ਰਹੀ ਹੈ 300-300 ਰੇਟ ਆ ਇਹ ਘੱਟਦਾ 480 ਫੀਟ ਲੱਗਾ